ਆ ਦੇਖੋ ਜੀ ਇੱਕ ਸਾਡੇ ਸੱਜਣ ਮਿੱਤਰ ਨੂੰ ਇਹ ਮੈਸੇਜ ਆਇਆ ਵੀ ਮੈਸੇਜ ਦੇ ਵਿੱਚ ਦਿਖਾਇਆ ਵੀ ਐਕਸੈਸ ਬੈਂਕ ਨੇ ਤੁਹਾਨੂੰ ਆ ਐਪ ਭੇਜੀ ਹੈ ਤੇ ਐਪ ਨੂੰ ਤੁਸੀਂ ਕਰੋ ਡਾਊਨਲੋਡ ਤੇ ਐਪ ਤੁਹਾਡੇ ਤੋਂ ਇਹ ਬੈਂਕ ਦੀ ਐਪ ਆ ਇਹ ਬੈਂਕ ਦਾ ਉੱਪਰ ਪ੍ਰੋਪਰ ਨਾਮ ਆਉਂਦਾ ਵੀ ਇਹ ਐਪ ਨੂੰ ਤੁਸੀਂ ਡਾਊਨਲੋਡ ਕਰੋ ਤੇ ਇਹਦੇ ਚ ਤੁਸੀਂ ਆਪਦਾ ਪੈਨ ਨੰਬਰ ਭਰੋ ਕਿਉਂਕਿ ਬੈਂਕ ਨੂੰ ਚਾਹੀਦਾ ਤੁਹਾਡਾ ਪੈਨ ਨੰਬਰ ਜੇ ਨਾ ਤੁਸੀਂ ਪੈਨ ਨੰਬਰ ਦਿੱਤਾ ਤਾਂ ਤੁਹਾਡਾ ਅਕਾਊਂਟ ਬਲੌਕ ਹੋ ਜਾਊਗਾ ਸੋ ਇਹ ਇੱਕ ਟੋਟਲੀ ਇੱਕ ਸੀਗਾ ਆਪਣਾ ਕਹਿ ਸਕਦੇ ਆ ਆਪਾਂ ਫਰਾਡ ਸੀਗਾ ਸਕੈਮ ਸੀਗਾ ਤੇ ਇਹੋ ਜਿਹਾ ਜੇ ਕਿਸੇ ਹੋਰ ਯਾਰ ਬੈਲੀ ਨੂੰ ਆਉਂਦਾ ਜਾਂ ਕਿਸੇ ਨੂੰ ਆਉਂਦਾ ਤੇ ਇਹ ਚੀਜ਼ਾਂ ਨਾ ਕਰਿਆ ਕਰੋ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਅਗਾਹ ਕਰਾਂਗੇ ਵੀ ਜਿਹੜੀ ਵੀ ਕੋਈ ਐਪ ਹੁੰਦੀ ਆ ਐਵੇਂ ਨਾ ਡਾਊਨਲੋਡ ਕਰ ਲਿਆ ਕਰੋ ਐਵੇਂ ਨਾ ਵੈਬਸਾਈਟ ਤੇ ਜਾ ਕੇ ਆਪਦਾ ਡਾਟਾ ਭਰਨ ਲੱਗ ਜਾ ਕਰੋ ਇਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਇਸ ਕੀ ਬਰਾੜ ਸਾਹਿਬ ਕੇ ਐਪ ਦਾ ਜਿਹੜਾ ਹੈਗੀ ਆ APK ਫਾਈਲ ਐਂਡਰੋਇਡ ਕਸਟਮਰ ਦੇ ਲਈ ਉਹ ਉਹਨਾਂ ਨੇ ਵਿੱਚੇ ਪਾ ਕੇ ਭੇਜਦੀ ਆ ਉਹ ਜਦੋਂ ਡਾਊਨਲੋਡ ਕਰਦਾ ਤਾਂ ਉਹਦਾ ਨਾਮ ਐਕਸੈਸ ਮੋਬਾਈਲ ਲੱਲਾ ਪੱਬਾ ਪਿੱਛੇ ਕੁਝ ਵੀ ਐਡ ਕੀਤਾ ਹੁੰਦਾ ਕਿਉਂਕਿ ਫੇਕ ਐਪ ਆਪਾ ਸਟੋਰ ਤੇ ਹੁੰਦੀ ਨਹੀਂ ਕਿ ਲਿੰਕ ਭੇਜ ਨਹੀਂ ਸਕਦੇ ਜਦੋਂ ਤੁਹਾਡੀ ਐਪ ਖੁੱਲੀ ਸਭ ਤੋਂ ਪਹਿਲਾਂ ਆਊਗਾ ਕਿ ਤੁਸੀਂ ਆਪਣਾ ਕਾਊਂਟ ਨੰਬਰ ਭਰ ਦਿਓ ਤੁਸੀਂ ਭਰ ਦੇਣਾ ਉਦੋਂ ਬਾਅਦ ਕੀ ਆਉਂਦਾ ਕਿ ਤੁਸੀਂ ਆਪਣਾ ਕਾਰਡ ਨੰਬਰ ਭਰ ਦਿਓ ਹੁਣ ਜਿਹੜਾ ਬੰਦਾ ਅਣਜਾਣ ਆ ਉਹਨੇ ਉਹ ਵੀ ਭਰ ਦਿੱਤਾ ਕਾਰਡ ਨੰਬਰ ਤੋਂ ਬਾਅਦ ਉਹਨਾਂ ਨੇ ਐਕਸਪਾਇਰੀ ਡੇਟ ਮੰਗ ਲਈ ਸੀ ਵੀ ਵੀ ਮੰਗ ਲਿਆ ਐਂਡ ਦੇ ਵਿੱਚ ਆਉਂਦਾ ਕਿ ਹੁਣ ਓਟੀਪੀ ਤੁਹਾਡੇ ਨੰਬਰ ਤੇ ਆਊਗਾ ਉਹ OTP ਭਰਨ ਤੋਂ ਬਾਅਦ ਤੁਹਾਡੀ ਜਿਹੜੀ ਪੈਨ ਡਿਟੇਲ ਆ, ਆਧਾਰ卡 ਡਿਟੇਲ ਆ ਉਹ ਮੰਗਦੇ ਆ ਪਰ ਉਹ OTP ਆ ਜਿਹੜਾ ਉਹ ਤੁਹਾਡੇ ਪੈਨ ਆਧਾਰ ਦੇ ਨਾਲ ਉਹਦਾ ਕੋਈ ਤਾਲੁਕ ਨਹੀਂ ਹੁੰਦਾ ਉਹ ਹੁੰਦਾ ਇੱਕ ट्रांजैक्शन ਦਾ ਜਿਹੜੀ ਡਿਪੈਂਡ ਕਰਦਾ ਕਿ ਕਿੰਨੇ ਕੁ ਦੀ ਹੋਵੇ ਜੇ ਉਹ ਵੱਡੀ ट्रांजैक्शन ਕਰਦੇ ਆ ਉਹ ਡਿਕਲਾਈਨ ਹੋ ਗਈ ਤਾਂ ਥੋੜੀ ਛੋਟੀ ਕਰਕੇ ਦੁਬਾਰਾ ਟਰਾਈ ਕਰ ਸਕਦੇ ਆ ਸੋ ਇਦਾਂ ਦੀਆਂ ਐਪਾਂ ਦੇ ਥਰੂ ਇੰਡੀਆ ਦੇ ਵਿੱਚ ਸਕੈਮ ਹੋਏ ਨੇ ਤੇ ਹੋਰ ਵੀ ਕਿਤੇ ਹੋ ਸਕਦੇ ਨੇ ਮੈਂ ਇੱਕ ਚੀਜ਼ ਇਹਦੇ ਵਿੱਚ ਹੋਰ ਐਡ ਕਰ ਦਿਆਂ ਬਲੱਡ ਸਾਹਿਬ ਇੰਡੀਆ ਤੋਂ ਇੱਕ ਸੱਜਣ ਮਿੱਤਰ ਨੇ ਦੱਸਿਆ ਕਿ ਉਹ ਕ੍ਰੈਡਿਟ ਕਾਰਡ ਦੇ ਲਈ ਉਹਨੂੰ ਕਾਲ ਆਉਂਦੀ ਹੈ ਕਿਸੇ ਦੀ ਉਹਦਾ ਨਾਮ ਪਤਾ ਸਾਰਾ ਕੁਝ ਉਹਦੇ ਕੋਲ ਸੀਗਾ ਤੇ ਉਹ ਕਹਿੰਦੇ ਕਿ ਤੁਸੀਂ ਕ੍ਰੈਡਿਟ ਕਾਰਡ ਦੀ ਵੈਰੀਫਿਕੇਸ਼ਨ ਕਰਾ ਦਿਓ ਤੁਹਾਨੂੰ ਇੱਕ ਐਪ ਭੇਜਦੇ ਆ ਉਹ ਕਹਿੰਦੇ ਤੁਸੀਂ ਸਟੋਰ ਤੇ ਸਰਚ ਕਰੋ ਮੈਂ ਬੈਂਕ ਦਾ ਚਲੋ ਨਾਮ ਹੀ ਲੈ ਦਿੰਨਾ HDFC ਟੀਮ ਵੀਅਰ ਕਰਕੇ ਕਹਿੰਦੇ ਐਪ ਕਰ ਲਓ ਹੁਣ HDFC ਦੀ ਪਿੱਛੇ ਟੀਮ ਵੀਅਰ ਜਦੋਂ ਲਿਖਤਾ ਉੱਥੇ ਟੀਮ ਵੀਅਰ ਟੌਪ ਤੇ ਆ ਗਈ ਤੇ ਉਹ ਨਾਲ ਨਾਲ ਉਹਨੂੰ ਫੋਨ ਤੇ ਡਾਇਰੈਕਟ ਕਰ ਰਿਹਾ ਉਹਨੂੰ ਗੱਲਬਾਤ ਦੱਸ ਰਿਹਾ ਕਿ ਤੁਸੀਂ ਜਿਹੜੀ ਐਪ ਆ ਟੀਮ ਵੀਅਰ ਡਾਊਨਲੋਡ ਕਰ ਲਓ ਇਹ ਜਦ ਅਫਸੀ ਦੀ ਆਪਦੀ ਐਪ ਆ ਉਹਦਾ ਜਿਹੜਾ ਰਿਮੋਟ ਲਿੰਕ ਆ ਜਿਹੜਾ ਉਹਦਾ ਆਪਾਂ ਕਹਿ ਲਓ ਕਿ ਐਕसेस ਆ ਉਹਦੇ ਮੋਬਾਈਲ ਦਾ ਸਾਰਾ ਉੱਥੇ ਬੈਠੇ 스ਕੈਮਰ ਨੇ ਲੈ ਲਿਆ ਤੇ ਉਹ ਉਹਦੇ ਫੋਨ ਦੇ ਨਾਲ ਆਪੇ ਹੀ ਬੱਚ ਉਹਨੂੰ ਆਪਰੇਟ ਕਰ ਰਿਹਾ ਉਹਦੇ Google Pay ਤੱਕ ਪਹੁੰਚ ਗਿਆ ਉਹਨੂੰ ਕਹਿ ਰਿਹਾ ਕਿ ਤੂੰ ਹੁਣ ਇਹਦਾ ਜਿਹੜਾ ਪਿੰਨ ਹੈ ਉਹ ਦੱਸ ਦੇ ਜਾਂ ਪਿੰਨ ਰੀਸੈਟ ਕਰ ਲੈਂਦਾ ਕਿਉਂਕਿ ਜਦੋਂ ਤੁਹਾਡੇ ਫੋਨ ਦਾ ਸਾਰਾ ਕੰਟਰੋਲ ਹੀ ਅਗਲੇ ਬੰਦੇ ਕੋਲੇ ਆ ਗਿਆ ਉਹ ਆਪਦੀ ਮਰਜ਼ੀ ਦੇ ਨਾਲ ਜੋ ਮਰਜ਼ੀ ਕਰੀ ਜਾਵੇ ਜੇਕਰ ਉਹਨੂੰ ਤੁਹਾਡੀ ਕਿਸੇ ਪਿੰਨ ਦਾ ਨਹੀਂ ਵੀ ਪਤਾ ਉਨੇ ਉਥੋਂ ਬੈਠੇ ਨੇ ਰੀਸੈਟ ਕਰ ਲੈਣਾ ਕਿਉਂਕਿ ਜਿਹੜਾ ਟੈਕਸ ਆ ਜਾਂ OTP ਆ ਉਹ ਤੁਹਾਡੇ ਫੋਨ ਤੇ ਆ ਰਿਹਾ ਤੇ ਉਹ ਉਸ ਨੂੰ ਚੰਗੀ ਤਰ੍ਹਾਂ ਪਤਾ ਲੱਗ ਰਿਹਾ ਸੋ ਕਈ ਵਾਰੀ ਇਸ ਲੈਵਲ ਤੇ ਵੀ ਸਕੈਮ ਕੀਤੇ ਜਾ ਰਹੇ ਨੇ ਖਾਸ ਕਰਕੇ ਬੈਂਕਿੰਗ ਦੇ ਨਾਲ ਰਿਲੇਟਡ ਕ੍ਰੈਡਿਟ ਕਾਰਡ ਕਹਿੰਦੇ ਤੁਹਾਡਾ ਅਸੀਂ ਬਣਾ ਰਹੇ ਹਾਂ ਜਾਂ ਤੁਹਾਡਾ ਅਕਾਊਂਟ ਅਪਡੇਟ ਕਰ ਰਹੇ ਹਾਂ ਜਾਂ ਤੁਸੀਂ ਐਪਲੀਕੇਸ਼ਨ ਅਪਡੇਟ ਕਰ ਲਓ ਆਧਾਰ ਨੂੰ ਪੈਨ ਨਾਲ ਲਿੰਕ ਕਰ ਦਿਓ ਇਦਾਂ ਦੇ ਜਿਹੜੇ ਸਕੈਮ ਆ ਉਹ ਵੀ ਉਥੇ ਚੱਲ ਰਹੇ ਆ ਦੇਖੋ ਆਪਾਂ ਜੋ ਇਹ ਮੇਨ ਗੱਲ ਕਰ ਰਹੇ ਆ ਇਹ ਆਪਾਂ ਆਪਾਂ ਦੀ ਕਰ ਰਹੇ ਆ ਜਿਵੇਂ ਆਪਾਂ ਤੁਸੀ ਦੱਸਿਆ ਹਣਾ ਦੇਖੋ ਐਪ ਜਿਹੜੀ ਤੁਸੀਂ ਡਾਊਨਲੋਡ ਕਰਨੀ ਆ ਤੁਸੀਂ ਪਲੇ ਸਟੋਰ ਤੋਂ ਕਰਦੇ ਹੋ ਤਾਂ ਇੱਕ ਟੋਟਲੀ ਵੈਰੀਫਾਈ ਹੁੰਦੀ ਆ ਉਹਦੇ 'ਚ ਕੋਈ ਸ਼ੱਕ ਨਹੀਂ ਉਹ ਸਹੀ ਹੋਊਗੀ ਜਾਂ ਤੁਸੀਂ ਐਪਲ ਦਾ ਫੋਨ ਯੂਜ਼ ਕਰਦੇ ਆ ਜਿਹੜੀ ਉਹਨਾਂ ਦੀ ਅਫੀਸ਼ੀਅਲ ਹੈਗੀ ਆ ਉਹਦੇ ਤੋਂ ਕਰਦੇ ਹੋ ਉਹ ਕੋਈ ਚੱਕਰ ਨਹੀਂ ਪਰ ਜਦੋਂ ਤੁਸੀਂ ਜਿੱਦਾ Google ਤੇ ਜਾ ਕੇ ਡਾਊਨਲੋਡ ਕਰਦੇ ਹੋ ਕੋਈ ਵੀ ਐਪ ਤਾਂ ਜਦੋਂ ਤੁਸੀਂ ਐਪ ਨੂੰ ਜਦੋਂ ਤੁਸੀਂ ਇੰਸਟਾਲ ਕਰਦੇ ਹੋ ਤਾਂ ਪਹਿਲਾਂ ਹੀ ਕਹਿ ਦਿੰਦਾ ਫੋਨ ਕਿ ਭਾਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਇਹ ਐਪ ਕੋਈ ਐਵੇਂ ਲੱਲੇ ਪੱਬੇ ਦੀ ਹੋ ਸਕਦੀ ਹੈ ਤੇ ਤੁਹਾਡਾ ਡਾਟਾ ਚੋਰੀ ਹੋ ਸਕਦਾ ਹੈ ਤੋ ਜੇ ਵੀ ਤੁਸੀਂ ਕੋਈ ਐਪ ਥਰਡ ਪਾਰਟੀ ਐਡ ਐਪ ਯੂਜ਼ ਕਰਨੀ ਹੈ ਤਾਂ ਉਹਨੂੰ ਪਹਿਲਾਂ ਧਿਆਨ ਨਾਲ ਦੇਖੋ ਤੇ ਉਹਨੂੰ ਤੁਸੀਂ ਕਰੋ ਹੀ ਨਾ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਵੈਰੀਫਾਈ ਜਿਹੜੀ ਪਲੇ ਸਟੋਰ ਆ ਉਹਦੇ ਤੋਂ ਹੀ ਡਾਊਨਲੋਡ ਕਰੋ ਇੱਕ ਗੱਲ ਤੁਹਾਨੂੰ ਹੋਰ ਐਡ ਕਰਨਾ ਚਾਹਾਂ ਵੀ ਜਿਵੇਂ ਤੁਸੀਂ ਦੱਸਿਆ ਵੀ ਉਹ ਜਿਹੜਾ ਡਾਟਾ ਡਾਟਾ ਚਲਾ ਜਾਂਦਾ ਹੁਣ ਮੰਨ ਕੇ ਚੱਲੋ ABC ਜਿਵੇਂ ਇਹਨਾਂ ਨੇ ਐਪ ਨੇ ਭੇਜਤਾ ਸੀਗਾ ਤੇ ਉਹ ਚ ਤੁਸੀਂ ਪਹਿਲਾਂ ਆਪਦਾ ਯੂਜ਼ਰ ਨੇਮ ਭਰਨਾ ਸੀਗਾ ਫਿਰ ਤੁਸੀਂ ਆਪਦਾ ਪਾਸਵਰਡ ਭਰਨਾ ਸੀ ਤੇ ਉਹਨਾਂ ਨੂੰ ਚਾਹੀਦਾ ਕੀ ਹੁੰਦਾ ਤੁਹਾਡਾ ਯੂਜ਼ਰ ਨੇਮ ਤੇ ਪਾਸਵਰਡ ਹੀ ਤਾਂ ਚਾਹੀਦਾ ਹੁੰਦਾ ਉਜੋ ਤੁਸੀਂ ਭਾਰਤ ਦੇ ਨਾਦੀ ਨਾਲ ਉਹਨਾਂ ਕੋਲੇ ਸਾਰਾ ਜਾ ਵੜਨਾ ਵੀ ਇਹ ਇਹਦਾ ਯੂਜ਼ਰ ਨੇਮ ਅਤੇ ਇਹ ਇਹਦਾ ਪਾਸਵਰਡ ਹੈਗਾ ਤੇ ਮੇਨ ਮੁੱਦਾ ਇਹ ਹੈ ਵੀ ਭਾਈ ਜਿਹੜੀ ਐਪ ਡਾਊਨਲੋਡ ਕਰਨੀ ਹੈ ਜਾਂ ਕੁਝ ਯੂਜ਼ ਕਰਨਾ ਤਾਂ ਉਹਨੂੰ ਬੜੇ ਧਿਆਨ ਨਾਲ ਬਿਲਕੁਲ ਜੀ ਬਿਲਕੁਲ ਸੋ ਇਹ ਸਾਡੀ ਗੱਲਬਾਤ ਦਾ ਜਿਹੜਾ ਮੁੱਖ ਮਕਸਦ ਆ ਉਹ ਇਹ ਆ ਕਿ ਇਧਰਲੇ ਦੇਸ਼ਾਂ ਦੇ ਵਿੱਚ ਯੂ ਐਸ ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਸਾਰੇ ਯੰਗਸਟਰ ਆਏ ਆ ਪਰ ਉਹਨਾਂ ਦੇ ਪੇਰੈਂਟਸ ਪਿੱਛੇ ਆ ਉਹਨਾਂ ਨੂੰ ਇਹ ਕੰਮਕਾਰ ਵੀ ਪੈਂਦੇ ਰਹਿੰਦੇ ਤੇ ਇਹੋ ਜੇ ਸਕੈਮ ਭਰੇ ਫੋਨ ਵੀ ਆਉਂਦੇ ਰਹਿੰਦੇ ਸੋ ਸਾਡੀ ਰਿਸਪੌਂਸਿਬਿਲਟੀ ਹੈ ਉਹਨਾਂ ਨੂੰ ਅਗ੍ਹਾ ਕਰਨ ਦੀ ਇਹਨਾਂ ਗੱਲਾਂ ਬਾਤਾਂ ਬਾਰੇ ਦੱਸਣ ਦੀ ਇੱਕ ਚੀਜ਼ ਬ੍ਰਾਟ ਸਾਹਿਬ ਐਂਡ ਦੇ ਵਿੱਚ ਮੈਂ ਹੋਰ ਐਡ ਕਰ ਦਿਆਂ ਅੱਜ ਕੱਲ ਕੀ ਹੈ ਕਿ ਇੰਡੀਆ ਚ ਬੈਠਿਆਂ ਨੂੰ ਈ ਚਲਾਨ ਦਾ ਮੈਸੇਜ ਆਉਂਦਾ ਕਿ ਤੁਹਾਡਾ ਈ ਚਲਾਨ ਹੋ ਗਿਆ ਜੀ ਆਹ ਲਿੰਕ ਤੇ ਕਲਿੱਕ ਕਰਕੇ ਚਲਾਨ ਭਰ ਲਓ ਜਾਂ ਕਈ ਵਾਰੀ ਆਉਂਦਾ ਕਿ ਤੁਹਾਡਾ ਬਿਜਲੀ ਦਾ ਬਿੱਲ ਇੰਨਾ ਬਣ ਗਿਆ ਸ਼ਾਮ ਨੂੰ ਕੱਲ ਸ਼ਾਮ ਨੂੰ 9 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਡਾ ਜਿਹੜਾ ਕਨੈਕਸ਼ਨ ਆ ਉਹ ਕੱਟ ਦੇਾਂਗੇ ਉਸ ਤੋਂ ਪਹਿਲਾਂ ਤੁਸੀਂ ਆ ਬਿੱਲ ਪੇਮੈਂਟ ਕਰ ਦਿਓ ਤੇ ਉਹ ਨਾਲ ਨੰਬਰ ਵੀ ਦਿੱਤਾ ਹੁੰਦਾ ਕਿ ਤੁਸੀਂ ਫਲਾਣੇ ਜਿਹੜਾ ਹੈਗਾ ਉਹ ਕਸਟਮਰ ਕੇਅਰ ਦੇ ਵਿੱਚ ਗੱਲ ਕਰਕੇ ਉਹਨਾਂ ਤੋਂ ਹੈਲਪ ਲੈ ਸਕਦੇ ਹੋ ਉਹ ਹੈਲਪ ਨਹੀਂ ਹੁੰਦੀ ਬਲਕਿ ਉਲਟਾ ਉਹ ਬ੍ਰੇਨ ਵਾਸ਼ ਕਰ ਰਹੇ ਹੁੰਦੇ ਆ ਸੋ ਇੱਥੋਂ ਤੱਕ ਜਿਹੜੀ ਆ ਕਹਾਣੀ ਪਹੁੰਚ ਗਈ ਆ ਤੇ ਆਪਾਂ ਨੂੰ ਬਹੁਤ ਜ਼ਿਆਦਾ ਅਵੇਅਰ ਰਹਿਣ ਦੀ ਜ਼ਰੂਰਤ ਹੈ ਜੀ ਐਵੇਂ ਆਪਾਂ ਐਪਸ ਤੇ ਵੀ ਕਿਸੇ ਦਿਨ ਡਿਸਕਸ਼ਨ ਕਰਾਂਗੇ ਡਿਸਕਸ਼ਨ ਦੇ ਤਾਂ ਹੁਣ ਹਰ ਮੁੱਦੇ ਦੇ ਬਥੇਰੇ ਪਏ ਹੈਗੇ ਆ ਤੇ ਉਹ ਵੀ ਆਪਾਂ ਚੰਗੀ ਤਰ੍ਹਾਂ ਦਰਸ਼ਕਾਂ ਨੂੰ ਦੱਸਾਂਗੇ ਜੀ